ਜਸਟਿਸ ਉਦੇ ਉਮੇਸ਼ ਲਲਿਤ ਨੂੰ ਅੱਜ ਭਾਰਤ ਦੇ ਚੀਫ ਜਸਟਿਸ ਵਜੋਂ ਸੌਚਕਾਈ ਗਈ। ਰਾਸ਼ਟਰਪਤੀ ਭਵਨ ਵਿੱਚ ਹੋਏ ਇੱਕ ਸਮਾਗਮ ਦੌਰਾਨ ਰਾਸ਼ਟਰਪਤੀ ਦਰੁਪਦੀ ਮਰਮੂ ਨੇ ਉਹਨਾਂ ਨੂੰ ਦੇਸ਼ ਦੇ 49ਵੇਂ ਚੀਫ ਜਸਟਿਸ ਵਜੋਂ ਸੌਚਕਾਈ। ਜਸਟਿਸ ਜੂਜੂ ਲਲਿਤ ਨੇ ਜਸਟਿਸ ਐਨਵੀ ਰਮਨ ਨਾਲ ਹੀ ਥਾ ਲਈਏ। ਸੌਚਕ ਸਮਾਗਮ ਦੌਰਾਨ ਉਪਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਕੇਂਦਰੀ ਮੰਤਰੀ ਮੌਜੂਦ ਰਹੇ। ਜਸਟਿਸ ਜੂਜੂ ਲਲਿਤ ਦਾ ਕਾਰਜਕਾਲ ਇਸ ਸਾਲ 8 ਨਵੰਬਰ ਤੱਕ ਰਹੇਗਾ। ਮਹਾਰਾਸ਼ਟਰ ਦੇ ਸ਼ੋਲਾਪੁਰ ਵਿੱਚ 9 ਨਵੰਬਰ 1957 ਨੂੰ ਜੰਮੇ ਜਸਟਿਸ ਲਲਿਤ ਨੂੰ ਜੂਨ 1983 ਵਿੱਚ ਮਹਾਰਾਸ਼ਟਰ ਅਤੇ ਗੁਆਹਰ ਬਾਰ ਕਾਉਂਸਲ ਵਿੱਚ ਵਕੀਲ ਵਜੋਂ ਸ਼ਾਮਲ ਕੀਤਾ ਗਿਆ ਸੀ ਜਸਟਿਸ ਜੂਜੂ ਲਲਿਤ ਅਗਸਤ 2014 ਵਿੱਚ ਸੁਪਰੀਮ ਕੋਰਟ ਦੇ ਜੱਜ ਨਿਯੁਕਤ ਕੀਤੇ ਗਏ ਸਨ